ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ 'ਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਮੈਂ ਜਿਹੜਾ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰ ਰਹੀ ਹਾਂ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ ਹੈ ਕਿ ਉਹਨਾਂ ਦੇ ਅਵਤਾਰ ਧਾਰਨ ਤੋਂ ਪਹਿਲਾਂ ਹਾਲਾਤ ਕਿੱਦਾਂ ਦੇ ਸੀ ਔਰ ਉਹਨਾਂ ਦੇ ਸਮੇਂ ਉਹਨਾਂ ਦਾ ਜਿਹੜਾ ਜੀਵਨ ਫਲਸਫਾ ਕਿੱਦਾਂ ਦਾ ਸੀ। ਹਿੰਦ ਦੇ ਜਦ ਬਾਗ ਤੇ ਪਤਝੜ ਦਾ ਮੌਸਮ ਛਾ ਗਿਆ, ਹਿੰਦ ਦੇ ਜਦ ਬਾਗ ਤੇ ਪਤਝੜ ਦਾ ਮੌਸਮ ਛਾ ਗਿਆ, ਪੱਤੀ ਪੱਤੀ ਫੁੱਲ ਕਲੀਆਂ ਨੂੰ ਪਸੀਨਾ ਆ ਗਿਆ। ਹਿੰਦ ਦੇ ਜਦ ਬਾਗ ਤੇ ਪਤਝੜ ਦਾ ਮੌਸਮ ਛਾ ਗਿਆ, ਪੱਤੀ ਪੱਤੀ ਫੁੱਲ ਕਲੀਆਂ ਨੂੰ ਪਸੀਨਾ ਆ ਗਿਆ, ਬੁਲਬਲਾਂ ਦੇ ਆਲਣੇ ਨੂੰ ਕੋਈ ਲਾਂਬੂ ਲਾ ਗਿਆ, ਬੁਲਬਲਾਂ ਦੇ ਆਲਣੇ ਨੂੰ ਕੋਈ ਲਾਂਬੂ ਲਾ ਗਿਆ, ਠੰਡੀ ਵਾਦਾ ਕੋਈ ਬੁੱਲਾ ਆਉਣ ਤੋਂ ਘਬਰਾ ਗਿਆ, ਮੰਦਰਾਂ ਦਾ ਰਾਹ ਕਤਲਗਾਹਾਂ ਦਾ ਰਸਤਾ ਹੋ ਗਿਆ। ਤੋ ਹਾਲਾਤ ਇੱਦਾਂ ਸੀ, ਮੰਦਰਾਂ ਦਾ ਰਾਹ ਕਤਲਗਾਹਾਂ ਦਾ ਰਸਤਾ ਹੋ ਗਿਆ, ਆਦਮੀ ਦਾ ਖੂਨ ਪਾਣੀ ਤੋਂ ਵੀ ਸਸਤਾ ਹੋ ਗਿਆ, ਆਦਮੀ ਦਾ ਖੂਨ ਪਾਣੀ ਤੋਂ ਵੀ ਸਸਤਾ ਹੋ ਗਿਆ। ਬਣ ਗਿਆ ਜਲਾਦ ਹੀ ਜਦ ਖੁਦ ਸਮੇਂ ਦਾ ਹੁਕਮਰਾਨ, ਬਣ ਗਿਆ ਜਲਾਦ ਹੀ ਜਦ ਖੁਦ ਸਮੇਂ ਦਾ ਹੁਕਮਰਾਨ, ਵੈਣ ਪਾਉਂਦੀ ਸੀ ਇਹ ਧਰਤੀ ਤੜਫਦਾ ਸੀ ਹਿੰਦੁਸਤਾਨ, ਮਿਲ ਗਿਆ ਮਿੱਟੀ ਦੇ ਅੰਦਰ ਮੁਲਕ ਦਾ ਸਭ ਤਾਨ ਮਾਨ, ਅਸਲ ਵਾਰਸ ਦੇਸ਼ ਦੇ ਹੋ ਗਏ ਭੇਡਾਂ ਸਮਾਨ, ਕੈਦ ਕਰਕੇ ਲੈ ਗਏ ਕੁੜੀਆਂ ਨੂੰ ਉਹ ਕੰਧਾਰ ਵਿੱਚ, ਕੈਦ ਕਰਕੇ ਲੈ ਗਏ ਕੁੜੀਆਂ ਨੂੰ ਉਹ ਕੰਧਾਰ ਵਿੱਚ, ਦੋ ਦੋ ਪੈਸੇ ਵਿੱਚ ਵਿਕੀਆਂ ਗਜ਼ਨੀ ਦੇ ਬਾਜ਼ਾਰ ਵਿੱਚ। ਹੋ ਗਈ ਫਿਰ ਤਾਂ ਵਿਵਰਜਿਤ ਹਿੰਦੂ ਲਈ ਰੁੱਖਾਂ ਦੀ ਛਾਂ, ਹੋ ਗਈ ਫਿਰ ਤਾਂ ਵਿਵਰਜਿਤ ਹਿੰਦੂ ਲਈ ਰੁੱਖਾਂ ਦੀ ਛਾਂ, ਜਜ਼ੀਏ ਦਾ ਸਿਰ ਤੇ ਕੁਹਾੜਾ ਤੇ ਖੜੀਲਾ ਚਾਰ ਗਾਂ, ਸਾਰੇ ਹੋਠਾਂ ਉੱਤੇ ਤਾਲੇ ਚਾਰੇ ਪਾਸੇ ਚੁੱਪ ਚਾਂ, ਸਿਸਕਿਆਂ ਦੀ ਆਵਾਜ਼ ਆਉਂਦੀ ਜਦ ਵੀ ਰੋਂਦੀ ਕੋਈ ਮਾਂ, ਜਾਪਦਾ ਸੀ ਕੋਈ ਇਨਸਾਨ ਜਾਗੇਗਾ ਨਹੀਂ, ਜਾਪਦਾ ਸੀ ਹੁਣ ਕੋਈ ਇਨਸਾਨ ਜਾਗੇਗਾ ਨਹੀਂ, ਗੂੜੀ ਨੀਂਦ ਸੌਂ ਗਿਆ ਭਗਵਾਨ ਜਾਗੇਗਾ ਨਹੀਂ, ਪਰ ਇਸ ਤਰ੍ਹਾਂ ਨਹੀਂ ਹੋਇਆ। ਸੁਣ ਲਈ ਫਿਰ ਵਾਹਿਗੁਰੂ ਨੇ ਰੋਂਦੇ ਬੁੱਲਾਂ ਦੀ ਪੁਕਾਰ, ਸੁਣ ਲਈ ਫਿਰ ਵਾਹਿਗੁਰੂ ਨੇ ਰੋਂਦੇ ਬੁੱਲਾਂ ਦੀ ਪੁਕਾਰ, ਆਪਣੇ ਹੱਥਾਂ ਨਾਲ ਲਿਖੀ ਉਸਨੇ ਫਿਰ ਜ਼ਾਲਮ ਦੀ ਹਾਰ, ਵਿੱਚ ਪਟਨੇ ਆ ਗਿਆ ਅਵਤਾਰਾਂ ਵਿੱਚ ਜਿਸ ਦਾ ਸ਼ੁਮਾਰ, ਮਹਿਕ ਉੱਠੀ ਸਾਰੀ ਧਰਤੀ ਹਰ ਤਰਫ ਛਾਈ ਬਹਾਰ। ਸੁਣ ਲਈ ਫਿਰ ਵਾਹਿਗੁਰੂ ਨੇ ਰੋਂਦੇ ਬੁੱਲਾਂ ਦੀ ਪੁਕਾਰ, ਆਪਣੇ ਹੱਥਾਂ ਨਾਲ ਲਿਖੀ ਉਸਨੇ ਫਿਰ ਜ਼ਾਲਮ ਦੀ ਹਾਰ, ਵਿੱਚ ਪਟਨੇ ਆ ਗਿਆ ਅਵਤਾਰਾਂ ਵਿੱਚ ਜਿਸ ਦਾ ਸ਼ੁਮਾਰ, ਮਹਿਕ ਉੱਠੀ ਸਾਰੀ ਧਰਤੀ ਹਰ ਤਰਫ ਛਾਈ ਬਹਾਰ। ਤੇ ਬੇਜ਼ਬਾਨਾਂ ਦੀ ਦੁਆ ਮਨਜ਼ੂਰ ਹੋਈ ਇਸ ਤਰ੍ਹਾਂ,
ਬੇਜ਼ਬਾਨਾਂ ਦੀ ਦੁਆ ਮਨਜ਼ੂਰ ਹੋਈ, ਇਸ ਤਰ੍ਹਾਂ ਆਪਣੀ ਪਿਆਰੀ ਧਰਤ ਨੂਰੋ ਨੂਰ ਹੋਈ, ਇਸ ਤਰ੍ਹਾਂ ਆਪਣੀ ਪਿਆਰੀ ਧਰਤ ਨੂਰੋ ਨੂਰ ਹੋਈ, ਇਸ ਤਰ੍ਹਾਂ ਤੁਸ਼ੇ ਦੇਖਣਾ ਖੂਬ ਸੀ ਉਸਦੀ ਕਲਮ ਤੇ ਖੂਬ ਤਰ ਕਿਰਪਾਨ ਸੀ, ਖੂਬ ਸੀ ਉਸਦੀ ਕਲਮ ਤੇ ਖੂਬ ਤਰ ਕਿਰਪਾਨ ਸੀ, ਜ਼ਾਲਮਾਂ ਦੇ ਵਾਸਤੇ ਜੋ ਮੌਤ ਦਾ ਫਰਮਾਨ ਸੀ, ਖੂਬ ਸੀ ਉਸਦੀ ਕਲਮ ਤੇ ਖੂਬ ਤਰ ਕਿਰਪਾਨ ਸੀ, ਜ਼ਾਲਮਾਂ ਦੇ ਵਾਸਤੇ ਜੋ ਮੌਤ ਦਾ ਫਰਮਾਨ ਸੀ, ਹੱਕ ਸੀ ਉਹ ਸੱਚ ਸੀ ਉਹ ਦੀਨ ਤੇ ਈਮਾਨ ਸੀ, ਹੱਕ ਸੀ ਉਹ ਸੱਚ ਸੀ ਉਹ ਦੀਨ ਤੇ ਈਮਾਨ ਸੀ, ਰੋਸ਼ਨੀ ਦੇ ਵਾਸਤੇ ਉਹ ਆਪ ਸ਼ਮਾਦਾਨ ਸੀ, ਜਿੱਥੋਂ ਵੀ ਉਹ ਲੰਘਿਆ ਉੱਥੇ ਹਨੇਰੇ ਨਾ ਰਹੇ, ਜਿੱਥੋਂ ਵੀ ਉਹ ਲੰਘਿਆ ਉੱਥੇ ਹਨੇਰੇ ਨਾ ਰਹੇ, ਉੱਥੇ ਹਨੇਰੇ ਨਾ ਰਹੇ, ਸੋਚ ਉੱਤੇ ਕਾਲੀਆਂ ਲੀਕਾਂ ਦੇ ਘੇਰੇ ਨਾ ਰਹੇ। ਤੋ ਅਗਲਾ ਬੰਦ ਹੈ, ਉਸ ਕਿਹਾ ਮਜ਼ਲੂਮ ਲੋਕੋ, ਉਸ ਕਿਹਾ ਮਜ਼ਲੂਮ ਲੋਕੋ, ਜ਼ੁਲਮ ਸਹਿਣਾ ਪਾਪ ਹੈ, ਉਸ ਕਿਹਾ ਮਜ਼ਲੂਮ ਲੋਕੋ, ਜ਼ੁਲਮ ਸਹਿਣਾ ਪਾਪ ਹੈ, ਜ਼ੁਲਮ ਅੱਗੇ ਗਿੜਗਿੜਾ ਕੇ, ਜ਼ੁਲਮ ਅੱਗੇ ਗਿੜਗਿੜਾ ਕੇ ਕੁਝ ਵੀ ਕਹਿਣਾ ਪਾਪ ਹੈ, ਤੋ ਆਦਮੀ ਦਾ ਬੁਜ਼ਦਲਾਂ ਦੇ ਵਾਂਗ ਰਹਿਣਾ ਪਾਪ ਹੈ, ਆਦਮੀ ਦਾ ਬੁਜ਼ਦਲਾਂ ਦੇ ਵਾਂਗ ਰਹਿਣਾ ਪਾਪ ਹੈ, ਰੇਤ ਦੀ ਦੀਵਾਰ ਵਾਂਗੂ ਬਣਨਾ ਟਹਿਣਾ ਪਾਪ ਹੈ, ਤੋ ਜ਼ਾਲਮਾਂ ਦੇ ਸਾਵੇਂ ਆਪਣਾ ਸਿਰ ਝੁਕਾਉਣਾ ਨਾ ਕਦੀ, ਜ਼ਾਲਮਾਂ ਦੇ ਸਾਵੇਂ ਆਪਣਾ ਸਿਰ ਝੁਕਾਉਣਾ ਨਾ ਕਦੀ, ਜ਼ੁਲਮ ਹੁੰਦਾ ਵੇਖ ਕੇ ਤਾਂ ਚੁੱਪ ਹੋ ਜਾਣਾ ਨਾ ਕਦੀ। ਤੋ ਇਸ ਲਈ ਅੰਮ੍ਰਿਤ ਛਕਾ ਕੇ, ਇਸ ਲਈ ਅੰਮ੍ਰਿਤ ਛਕਾ ਕੇ ਖਾਲਸਾ ਕੀਤਾ ਤਿਆ, ਇਸ ਲਈ ਅੰਮ੍ਰਿਤ ਛਕਾ ਕੇ ਖਾਲਸਾ ਕੀਤਾ ਤਿਆਰ, ਵੱਡੀ ਸ਼ਕਤੀ ਬਣ ਗਏ ਬੰਦੇ ਲਈ ਪੰਜੇ ਕਕਾਰ, ਜਾਤਾਂ ਪਾਤਾਂ ਖਤਮ ਕਰਕੇ ਦੇਸ਼ ਦੀ ਬਦਲੀ ਨੁਹਾਰ, ਜਾਤਾਂ ਪਾਤਾਂ ਖਤਮ ਕਰਕੇ ਦੇਸ਼ ਦੀ ਬਦਲੀ ਨੁਹਾਰ, ਉਜੜੇ ਹਿੰਦ ਦੇ ਬਾਗ ਅੰਦਰ ਆ ਗਈ ਫਿਰ ਤੋਂ ਬਹਾਰ, ਉਜੜੇ ਉਜੜੇ ਹਿੰਦ ਦੇ ਬਾਗ ਅੰਦਰ ਆ ਗਈ ਫਿਰ ਤੋਂ ਬਹਾਰ, ਪੀ ਕੇ ਅੰਮ੍ਰਿਤ ਖੰਡੇ ਦਾ ਕੱਟ ਦਿੱਤੀ ਫਾਈ ਖਾਲਸੇ, ਪੀ ਕੇ ਅੰਮ੍ਰਿਤ ਖੰਡੇ ਦਾ ਕੱਟ ਦਿੱਤੀ ਫਾਈ ਖਾਲਸੇ, ਤੇ ਗੁਲਾਮੀ ਦੀ ਗਲੋਂ ਜ਼ੰਜੀਰ ਲਾਈ ਖਾਲਸੇ। ਤੁਸੀਂ ਦੇਖਣਾ ਕਿ ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਨਹੀਂ ਚੁਕਾਇਆ ਸੀ ਕਦੀ ਉਸ ਰਾਜ ਸੀ ਦਰਬਾਰ ਵਿੱਚ, ਬੱਚਿਆਂ ਨੇ ਸੀਸ ਦਿੱਤੇ ਮੌਤ ਨੂੰ ਉਪਹਾਰ ਵਿੱਚ, ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਨਹੀਂ ਚੁਕਾਇਆ ਸਿਰ ਕਦੀ ਉਸ ਰਾਜ ਸੀ ਦਰਬਾਰ ਵਿੱਚ, ਬੱਚਿਆਂ ਨੇ ਸੀਸ ਦਿੱਤੇ ਕੌਮ ਨੂੰ ਉਪਹਾਰ ਵਿੱਚ, ਜੰਗ ਦੇ ਮੈਦਾਨ ਵਿੱਚ ਸਰਹੰਦ ਦੀ ਦੀਵਾਰ ਵਿੱਚ, ਵੀ ਜੱਗ ਦੇ ਇਤਿਹਾਸ ਵਿੱਚ ਤਾਂ ਐਸੀ ਕੁਰਬਾਨੀ ਨਹੀਂ, ਜੱਗ ਦੇ ਇਤਿਹਾਸ ਵਿੱਚ ਤਾਂ ਐਸੀ ਕੁਰਬਾਨੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਤੇਰਾ ਕੋਈ ਵੀ ਸਾਨੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਤੇਰਾ ਕੋਈ ਸਾਨੀ ਨਹੀਂ, ਬਸ ਇਹ ਤੇਰਾ ਇਨਸਾਨੀਅਤ ਤੇ ਹੈ ਬੜਾ ਉਪਕਾਰ ਵੀ, ਇਹ ਤੇਰਾ ਇਨਸਾਨੀਅਤ ਤੇ ਹੈ ਬੜਾ ਉਪਕਾਰ ਵੀ, ਸਿੱਖ ਤਾਂ ਹੀ ਬਖਸ਼ਿਆ
ਸਿੱਖ ਤਾਈ ਬਖਸ਼ਿਆ ਬੇਦਾਗ ਇੱਕ ਕਿਰਦਾਰ ਵੀ ਵੱਖਰੀ ਪਹਿਚਾਣ ਖਾਤਰ ਕੇਸਰੀ ਦਸਤਾਰ ਵੀ ਜ਼ੁਲਮ ਰੋਕਣ ਵਾਸਤੇ ਹੱਥਾਂ ਦੇ ਵਿੱਚ ਤਲਵਾਰ ਵੀ ਇਹ ਜ਼ਰੂਰੀ ਹੈ ਕਿ ਇਸ ਦਸਤਾਰ ਦੀ ਇੱਜ਼ਤ ਰਹੇ ਇਹ ਜ਼ਰੂਰੀ ਹੈ ਕਿ ਇਸ ਦਸਤਾਰ ਦੀ ਇੱਜ਼ਤ ਰਹੇ ਗੁਰੂ ਦੀ ਬਖਸ਼ੀ ਹੋਈ ਤਲਵਾਰ ਦੀ ਇੱਜ਼ਤ ਰਹੇ ਗੁਰੂ ਦੀ ਬਖਸ਼ੀ ਹੋਈ ਤਲਵਾਰ ਦੀ ਇੱਜ਼ਤ ਰਹੇ ਅਖੀਰਲਾ ਬੰਦ ਹੈ ਲੋਕ ਜਦ ਤੱਕ ਸੱਚ ਤਾਈਂ ਪਿਆਰ ਕਰਦੇ ਰਹਿਣਗੇ ਲੋਕ ਜਦ ਤੱਕ ਸੱਚ ਤਾਈਂ ਪਿਆਰ ਕਰਦੇ ਰਹਿਣਗੇ ਸਤਿਗੁਰੂ ਦਸ਼ਮੇਸ਼ ਦਾ ਸਤਿਕਾਰ ਕਰਦੇ ਰਹਿਣਗੇ ਉਸ ਦੀ ਉੱਚੀ ਸੋਚ ਦਾ ਪ੍ਰਚਾਰ ਕਰਦੇ ਰਹਿਣਗੇ ਜ਼ੁਲਮ ਸਾਵੇਂ ਚੁੱਕਣ ਤੋਂ ਇਨਕਾਰ ਕਰਦੇ ਰਹਿਣਗੇ ਜਦ ਤੱਕ ਕੋਚਰ ਸੱਚ ਰਹੇਗਾ ਧਰਤੀ ਤੇ ਆਕਾਸ਼ ਵਿੱਚ ਜਦ ਤੱਕ ਕੋਚਰ ਸੱਚ ਰਹੇਗਾ ਧਰਤੀ ਤੇ ਆਕਾਸ਼ ਵਿੱਚ ਨਾਮ ਗੁਰੂ ਗੋਬਿੰਦ ਸਿੰਘ ਜੀ ਦਾ ਚਮਕੇਗਾ ਇਤਿਹਾਸ ਵਿੱਚ ਨਾਮ ਗੁਰੂ ਗੋਬਿੰਦ ਸਿੰਘ ਜੀ ਦਾ ਚਮਕੇਗਾ ਇਤਿਹਾਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।